ਇਹ ਇੱਕ ਹੈਰਾਨੀਜਨਕ ਖਿਡੌਣਾ ਹੈ। ਇਹ ਇੱਕ ਅਦਭੁਤ ਮਾਡਲ ਹੈ। ਤੁਹਾਨੂੰ ਇਸ ਲਈ ਇੱਕ ਮੈਡੀਕਲ ਹੱਥ ਦਾ ਦਸਤਾਨਾ, ਕੈਂਚੀ ਅਤੇ 1 ਲੀਟਰ ਦੀ ਸਖਤ ਪਲਾਸਟਿਕ ਦੀ ਬੋਤਲ ਦੀ ਲੋੜ ਪਵੇਗੀ। ਬੋਤਲ ਦਾ ਤੱਲਾ ਕੈਂਚੀ ਨਾਲ ਕੱਟ ਦਿਓ। ਤੁਸੀਂ ਬਿਨਾਂ ਤੱਲੇ ਦੇ ਬੋਤਲ ਦੇਖ ਸਕਦੇ ਹੋ। ਹੁਣ ਤੁਸੀਂ ਇੱਕ ਨਵਾਂ ਮੈਡੀਕਲ ਦਸਤਾਨਾ ਲਵੋ ਅਤੇ ਇੱਕ ਬੋਤਲ ਦੇ ਉੱਤੇ ਖਿੱਚ ਕੇ ਚੜ੍ਹਾ ਦਿਓ। ਦਸਤਾਨੇ ਦੇ ਅੰਤ ਨੂੰ ਬੋਤਲ ਦੇ ਨਾਲ ਟੇਪ ਨਾਲ ਜੋੜ ਦਿਓ। ਹੁਣ ਇੱਕ ਵੱਡਾ ਜੱਗ ਪਾਣੀ ਦਾ ਭਰ ਕੇ ਹੌਲੀ ਜਿਹਾ ਬੋਤਲ ਉਸ ਵਿੱਚ ਧੱਕ ਦਿਓ। ਪਾਣੀ ਬੋਤਲ ਵਿੱਚ ਵੜ ਜਾਵੇਗਾ, ਹਵਾ ਬਾਹਰ ਕੱਢੇਗਾ ਅਤੇ ਇਹ ਹਵਾ ਦਸਤਾਨੇ ਵਿੱਚ ਭਰ ਜਾਵੇਗੀ। ਲਟਕਿਆ ਹੋਇਆ ਹੱਥ ਹੁਣ ਉੱਠ ਖੜੇਗਾ ਅਤੇ ਤਕੜਾ ਹੋ ਜਾਵੇਗਾ। ਇਹ ਇੱਕ ਮਜ਼ੇਦਾਰ ਹੈਰਾਨੀਜਨਕ ਖਿਡੌਣਾ ਹੈ। ਦਸਤਾਨਾ ਗੁਬਾਰੇ ਵਾਂਗ ਹਵਾ ਨਾਲ ਭਰ ਜਾਵੇਗਾ। ਇੱਥੇ ਤੁਸੀਂ ਬੱਚਿਆਂ ਨੂੰ ਦੇਖ ਸਕਦੇ ਹੋ ਜੋ ਫੁੱਲੇ ਹੋਏ ਦਸਤਾਨਿਆਂ ਦਸਤਾਨੇ ਨਾਲ ਹੱਥ ਮਿਲਾ ਰਹੇ ਹਨ।